देखो बच्चे पालने हैं, बच्चे वाले तो रोटी देनी पैनी है, हस्बैंड नु तो पूछना ही पड़ा ना। चलो ऐसा काम नहीं चलता होता क्योंकि सारा कुछ नाल दी नाल। हां जी। अच्छा इन लॉज भी सपोर्ट करते हैं? हां जी बहुत। हर लड़की नु मैं तो यही कहनी हां सेल्फ डिपेंडेंट होना चाहिए। मेरी खुद दो बेटियां हैं, मैं तो यही चाहूंगी कि मैं उन्होंने अपने आप ते है ना अपने पैरों ते स्टैंड करके ही। एक बहुत चंगी गल ये लगी कि तुसी अपने पद्धर ते आप काम कर रहे हो, तुसी कल्ले ही लगे हुए हो है ना। हाँ जी। ते परिवार दा किन्ना सहयोग है? बहुत सपोर्ट है, बहुत सपोर्ट है, हस्बैंड दा बहुत सपोर्ट है। मेरे बच्चे हैं दो, मेरी दो बेटियां हैं। उन्हां नूं भी टाइम देना पैंदा है बट काम नूं भी टाइम। मेंटेलिटी हुंदी है हर एक दी अपनी, बैठन नूं तां बैठ तां असीं भी सकदे हां है ना, बट ऐसा होता है भी बैठ के कई बार नहीं सकता। फाइनेंशियली स्ट्रांग होना बहुत जरूरी है, बहुत जरूरी है मैम, लेडीज नु बहुत ज्यादा जरूरी है। डिपेंडेंट नहीं होना चाहिए, सेल्फ डिपेंडेंट होना चाहिए। ਬਹੁਤ ਹੈ ਨਾ ਉਹਦਾ ਸ਼ੌਂਕ ਵੀ ਅਸੀਂ ਪਾਉਣੇ ਆ। ਮੈਨੂੰ ਵੀ ਇਹਦੀ ਸੂਟਸ ਦਾ ਬਹੁਤ ਸ਼ੌਂਕ ਸੀਗਾ, ਮੇਰੇ ਤਾਂ ਹੁੰਦਾ ਸੀਗਾ ਮੈਂ ਆਪਣੇ ਸੂਟ ਆਪ ਡਿਜ਼ਾਈਨ ਕਰਕੇ ਪਾਵਾਂ। ਮੇਰਾ ਬੁਟੀਕ ਆ, ਮੈਂ ਸਟਿਚਿੰਗ ਵੀ ਕਰਦੀ ਹਾਂ, ਮੈਂ ਟੇਲਰ ਰੱਖੇ ਹੋਏ ਆ। ਅਤੇ ਫਿਰ ਮੇਰੇ ਮਾਇੰਡ 'ਚ ਆਇਆ ਕਿ ਮੈਂ ਕਿਉਂ ਨਾ ਆਪਣੇ ਇਸ ਟੈਲੈਂਟ ਨੂੰ ਹੋਰ ਇਨਹੈਂਸ ਕਰਾਂ, ਅਤੇ ਇਸ ਕਰਕੇ ਮੈਂ ਫਿਰ ਪੇਂਟਿੰਗ ਸਿੱਖਣੀ ਮੈਂ ਸਕੂਲ ਟਾਈਮ 'ਤੇ ਕਾਲਜ ਟਾਈਮ 'ਤੇ ਕਰਦੀ ਰਹੀ ਹਾਂ, ਬਟ ਮੈਨੂੰ ਇੱਦਾਂ ਸੀਗਾ ਕਿ ਮੈਂ ਸੂਟਸ 'ਤੇ ਵੀ ਕਰਾਂ। ਦੇਖ ਰਹੀ ਹੈ ਕਿ ਕਾਫੀ ਸੂਟ ਪ੍ਰਿੰਟ ਕੀਤੇ ਹੋਏ ਨੇ ਹੈ ਨਾ। ਹਾਂਜੀ ਹਾਂਜੀ। ਤਾਂ ਮੈਨੂੰ ਦੱਸੋ ਕਿ ਕਿੰਨੇ ਕੁ ਕਾਰੀਗਰ ਰੱਖੇ ਹੋਏ ਨੇ? ਮੈਮ ਕੋਈ ਕਾਰੀਗਰ ਨਹੀਂ ਹੈਗਾ। ਨਹੀਂ ਹੈ? ਕੋਈ ਕਾਰੀਗਰ? ਠੀਕ ਹੈ, ਕੱਲੇ ਕਰਦੇ? ਮੈਂ ਖੁਦ ਹੀ ਪੇਂਟ ਕਰਦੀ ਹਾਂ, ਮੈਂ ਬਲੌਕ ਪੇਂਟਿੰਗ ਕਰਦੀ ਹਾਂ, ਫੋਇਲ ਪੇਂਟ ਕਰਦੀ ਹਾਂ, ਫ੍ਰੀ ਹੈਂਡ ਪੇਂਟਿੰਗ ਕਰਦੀ ਹਾਂ, ਸਟੈਂਸਲ ਪੇਂਟ ਆ, ਮਾਰਬਲ ਪੇਂਟ ਆ। ਤੇ ਇਹ ਮੈਂ 3-4 ਸਾਲ ਪਹਿਲਾਂ ਸਿੱਖੇ ਆ। ਅੱਛਾ। ਮੈਮ ਹਰ ਇੱਕ ਸੂਟ ਦੀ ਆਪਣੀ ਸਪੈਸ਼ਲਿਟੀ ਆ ਤੇ ਆਪਣਾ ਟਾਈਮ ਲੈਂਦੇ ਆ। ਜਿਵੇਂ ਹੈਂਡ ਫ੍ਰੀ ਹੈਂਡ ਸੂਟਸ ਨੂੰ ਆਪਣਾ ਟਾਈਮ ਲੱਗਦਾ ਆ, ਤੇ ਫ੍ਰੀ ਹੈਂਡ ਸੂਟ ਨੂੰ ਜ਼ਿਆਦਾ ਟਾਈਮ ਲੱਗਦਾ, ਬਟ ਜਿਹੜੇ ਬਲੌਕ ਪੇਂਟ ਆ ਉਹਨੂੰ ਥੋੜ੍ਹਾ ਘੱਟ ਟਾਈਮ ਲੱਗਦਾ ਹੈ, ਬਟ ਇਹ ਕਿ ਮਿਹਨਤ ਤਾਂ ਹੈਗੀ ਆ ਮੈਮ। ਕਾਟਨ ਸੂਟਸ ਤੇ ਜ਼ਿਆਦਾ ਪੇਂਟ ਲੋਕ ਪਸੰਦ ਕਰਦੇ ਆ, ਬਟ ਜਿਹੜਾ ਪਾਰਟੀ ਵੇਅਰ ਸੂਟਸ, ਅੱਜ ਕੱਲ੍ਹ ਪਾਰਟੀ ਵੇਅਰ ਸੂਟਸ ਵੀ ਲੋਕ ਹੈਂਡ ਪੇਂਟ ਤੇ ਪਸੰਦ ਕਰਦੇ ਆ। ਇਸ ਕਰਕੇ ਅਸੀਂ ਔਰਗੈਂਜ਼ਾ ਫੈਬਰਿਕ ਯੂਜ਼ ਕਰਦੇ ਹਾਂ, ਕਰੇਪ ਯੂਜ਼ ਕਰਦੇ ਹਾਂ, ਜਾਰਜਟ ਯੂਜ਼ ਕਰਦੇ ਹਾਂ, ਸਿਲਕ ਵੀ ਯੂਜ਼ ਕਰਦੇ ਹਾਂ। ਹਰ ਇੱਕ ਅਲੱਗ ਅਲੱਗ ਪੇਂਟ ਅਲੱਗ ਅਲੱਗ ਕੱਪੜੇ ਤੇ ਹੁੰਦਾ ਹੈ, ਅਲੱਗ ਅਲੱਗ ਫੈਬਰਿਕ ਤੇ ਹੁੰਦਾ ਹੈ। ਠੀਕ। ਬਲੌਕ ਦੇ ਵਿੱਚ ਜਿਹੜਾ ਸੀ ਉਹਦੇ ਵਿੱਚ ਕਲਰ ਯੂਜ਼ ਕਰਦੇ ਆ ਮੈਮ, ਉਹਨੂੰ ਬਿਲਡ ਕਰਨ ਵਾਸਤੇ ਕਾਫੀ ਟਾਈਮ ਲੱਗਦਾ ਹੈ। ਅੱਛਾ। ਉਹਨੂੰ ਕਰਨ ਲਈ ਟਾਈਮ ਨਹੀਂ ਲੱਗਦਾ, ਬਟ ਜਿਹੜਾ ਸੀ ਉਹਨੂੰ ਕਲਰ ਬਣਾਉਂਦੇ ਆ ਉਹਨੂੰ ਟਾਈਮ ਲੱਗਦਾ ਹੈ। ਇਹ ਮਤਲਬ ਮੈਚ ਕਰਨਾ ਹੀ ਪੈਂਦਾ ਕਿ ਦੁਪੱਟਾ ਆਮ ਵੀ ਲੈ ਸਕਦੇ ਆ ਆਪਾਂ? ਮੈਮ ਆਮ ਵੀ ਲੈ ਸਕਦੇ ਆ, ਅਗਰ ਆਪਾਂ ਇਹਨੂੰ ਡਿਜ਼ਾਈਨਰ ਬਣਾਉਣਾ ਤਾਂ ਆਪਾਂ ਕੰਟਰਾਸਟ ਵੀ ਯੂਜ਼ ਕਰਦੇ ਆ। ਅੱਛਾ। ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਅਸੀਂ ਲੋਕਾਂ ਨੂੰ ਡਿਜ਼ਾਈਨਰ ਸੂਟ ਪ੍ਰੋਵਾਈਡ ਕਰੀਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਸੀਂ ਪਹੁੰਚੇ ਹੋਏ ਨੇ, ਕਿਸਾਨ ਮੇਲਾ ਇੱਥੇ ਲੱਗਿਆ ਹੋਇਆ। ਤੁਸੀਂ ਦੇਖੋਗੇ ਇੱਥੇ ਕਿਸਾਨ ਹੀ ਨਹੀਂ ਪਹੁੰਚੇ ਹੋਏ ਆ, ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜੋ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕਰਕੇ ਬਹੁਤ ਕੰਮ ਕਰ ਰਹੇ ਆ। ਇੱਕ ਨੌਜਵਾਨ ਲੜਕੀ ਦੇ ਕੋਲ ਅਸੀਂ ਪਹੁੰਚੇ ਹਾਂ, ਇਹਨਾਂ ਨੇ ਆਪਣੀ ਸਟਾਲ ਲਗਾਈ ਹੋਈ ਹੈ, ਬਲੌਕ ਪ੍ਰਿੰਟਿੰਗ ਕਰਦੇ ਨੇ, ਪੇਂਟ ਦੇ ਨਾਲ ਸੂਟ ਤਿਆਰ ਕੀਤੇ ਹੋਏ ਨੇ, ਵੱਖ ਵੱਖ ਡਿਜ਼ਾਈਨ ਨੇ ਇਹਨਾਂ ਦੇ ਕੋਲ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਵੇਂ ਇਕੱਲਾ ਕੰਮ ਸਾਂਭ ਰਹੇ ਨੇ, ਕਿਵੇਂ ਕੰਮ ਕਰ ਰਹੇ ਨੇ। ਪਹਿਲੇ ਸਵਾਗਤ ਹੈ ਤੁਹਾਡਾ, ਮੈਨੂੰ ਨਾਂ ਦੱਸੋ ਆਪਣਾ। ਮੇਰਾ ਨਾਮ ਸੁਖਮੀਤ ਹੈ। ਸੁਖਮੀਤ, ਸੁਖਮੀਤ ਇਹ ਇੰਨਾ ਸੋਹਣਾ ਕੰਮ ਤੁਸੀਂ ਕੀਤਾ ਹੋਇਆ ਹੈ ਨਾ, ਤੁਸੀਂ ਮੈਨੂੰ ਦੱਸਿਆ ਆਫ ਕੈਮਰਾ ਕਿ ਮੈਂ ਇਕੱਲੇ ਹੀ ਕਰ ਰਹੀ ਹਾਂ, ਪਹਿਲਾਂ ਦੱਸੋ ਕਿ ਕਿਵੇਂ ਆਈਡੀਆ ਆਇਆ ਕਿ ਇਹ ਪ੍ਰਿੰਟ ਵਾਲਾ ਕੰਮ ਕਰਨਾ ਆਪਾਂ? ਮੈਮ ਇੱਕ ਤਾਂ ਟ੍ਰੈਂਡ ਬਹੁਤ ਆ ਹੈ ਨਾ ਇਸ ਚੀਜ਼ ਦਾ ਅੱਜ ਕੱਲ੍ਹ, ਸੂਟਸ ਦਾ ਵੈਸੇ ਲੇਡੀਜ਼ ਨੂੰ ਬਹੁਤ ਹੈ ਨਾ ਉਹਦਾ ਸ਼ੌਂਕ ਵੀ ਅਸੀਂ ਪਾਉਣੇ ਆ। ਮੈਨੂੰ ਵੀ ਇਹਦੀ ਸੂਟਸ ਦਾ ਬਹੁਤ ਸ਼ੌਂਕ ਸੀਗਾ, ਮੇਰੇ ਤਾਂ ਹੁੰਦਾ ਸੀਗਾ ਮੈਂ ਆਪਣੇ ਸੂਟ ਆਪ ਡਿਜ਼ਾਈਨ ਕਰਕੇ ਪਾਵਾਂ। ਮੇਰਾ ਬੁਟੀਕ ਆ, ਮੈਂ ਸਟਿਚਿੰਗ ਵੀ ਕਰਦੀ ਹਾਂ, ਮੈਂ ਟੇਲਰ ਰੱਖੇ ਹੋਏ ਆ। ਅਤੇ ਫਿਰ ਮੇਰੇ ਮਾਇੰਡ 'ਚ ਆਇਆ ਕਿ ਮੈਂ ਕਿਉਂ ਨਾ ਆਪਣੇ ਇਸ ਟੈਲੈਂਟ ਨੂੰ ਹੋਰ ਇਨਹੈਂਸ ਕਰਾਂ, ਅਤੇ ਇਸ ਕਰਕੇ ਮੈਂ ਫਿਰ ਪੇਂਟਿੰਗ ਸਿੱਖਣੀ ਮੈਂ ਸਕੂਲ ਟਾਈਮ 'ਤੇ ਕਾਲਜ ਟਾਈਮ 'ਤੇ ਕਰਦੀ ਰਹੀ ਹਾਂ, ਬਟ ਮੈਨੂੰ ਇੱਦਾਂ ਸੀਗਾ ਕਿ ਮੈਂ ਸੂਟਸ 'ਤੇ ਵੀ ਕਰਾਂ ਅਤੇ ਮੈਂ ਆਪਣੇ ਟੈਲੈਂਟ ਨੂੰ ਹੋਰ ਇਨਹੈਂਸ ਕਰਾਂ। ਇਸ ਕਰਕੇ ਮੈਂ ਪੇਂਟਿੰਗ ਸਿੱਖੀ, ਆਪਣਾ ਆਫਟਰ ਮੈਰਿਜ ਮੈਂ ਆਪਣੀ ਪੇਂਟਿੰਗ ਸਿੱਖੀ ਆ। ਠੀਕ ਹੈ। ਅੱਛਾ, ਪੇਂਟਿੰਗ ਸਿੱਖਣ ਤੋਂ ਬਾਅਦ ਤੁਸੀਂ ਆਪਣਾ ਬੁਟੀਕ ਸ਼ੁਰੂ ਕੀਤਾ ਤੇ ਹੁਣ ਮੈਂ ਦੇਖ ਰਹੀ ਹਾਂ ਕਿ ਕਾਫੀ ਸੂਟ ਪ੍ਰਿੰਟ ਕੀਤੇ ਹੋਏ ਨੇ ਹੈ ਨਾ। ਹਾਂਜੀ ਹਾਂਜੀ। ਤਾਂ ਮੈਨੂੰ ਦੱਸੋ ਕਿ ਕਿੰਨੇ ਕੁ ਕਾਰੀਗਰ ਰੱਖੇ ਹੋਏ ਨੇ? ਮੈਮ ਕੋਈ ਕਾਰੀਗਰ ਨਹੀਂ ਹੈਗਾ। ਨਹੀਂ ਹੈ? ਖੁਦ ਹੀ ਕਾਰੀਗਰ ਹੈ। ਠੀਕ ਹੈ, ਕੱਲੇ ਕਰਦੇ? ਮੈਂ ਖੁਦ ਹੀ ਪੇਂਟ ਕਰਦੀ ਹਾਂ, ਮੈਂ ਬਲੌਕ ਪੇਂਟਿੰਗ ਕਰਦੀ ਹਾਂ, ਫੋਇਲ ਪੇਂਟ ਕਰਦੀ ਹਾਂ, ਫ੍ਰੀ ਹੈਂਡ ਪੇਂਟਿੰਗ ਕਰਦੀ ਹਾਂ, ਸਟੈਂਸਲ ਪੇਂਟ ਆ, ਮਾਰਬਲ ਪੇਂਟ ਆ,
ਤੇ ਇਹ ਮੈਂ 3-4 ਸਾਲ ਪਹਿਲਾਂ ਸਿੱਖੇ ਆ। ਅੱਛਾ ਜੀ। ਹੁਣ ਮੈਂ ਇਹਦੇ ਵਿੱਚ ਆਪਣਾ ਪ੍ਰੋਫੈਸ਼ਨ ਸੈੱਟ ਕੀਤਾ। ਠੀਕ ਹੈ। ਬਹੁਤ ਟਾਈਮ ਲੱਗਦਾ ਹੋਣਾ ਇੱਕ ਸੂਟ ਨੂੰ, ਕਿੰਨਾ ਟਾਈਮ ਲੱਗ ਜਾਂਦਾ? ਮੈਮ ਹਰ ਇੱਕ ਸੂਟ ਦੀ ਆਪਣੀ ਸਪੈਸ਼ਲਿਟੀ ਆ ਤੇ ਆਪਣਾ ਟਾਈਮ ਲੈਂਦੇ ਆ। ਜਿਵੇਂ ਹੈਂਡ ਫ੍ਰੀ ਹੈਂਡ ਸੂਟਸ ਨੂੰ ਆਪਣਾ ਟਾਈਮ ਲੱਗਦਾ ਆ ਤੇ ਫ੍ਰੀ ਹੈਂਡ ਸੂਟ ਨੂੰ ਜ਼ਿਆਦਾ ਟਾਈਮ ਲੱਗਦਾ, ਬਟ ਜਿਹੜੇ ਬਲੌਕ ਪੇਂਟ ਆ ਉਹਨੂੰ ਥੋੜਾ ਘੱਟ ਟਾਈਮ ਲੱਗਦਾ ਹੈ, ਬਟ ਇਹ ਕਿ ਮਿਹਨਤ ਤਾਂ ਹੈਗੀ ਹੈ ਮੈਮ। ਹਾਂ, ਮਿਹਨਤ ਹੈਗੀ ਹੈ। ਹਾਂਜੀ। ਹੁਣ ਤੁਸੀਂ ਪੇਂਟ ਦੀ ਗੱਲ ਕੀਤੀ ਕਿ ਬਲੌਕ ਪੇਂਟ ਹੈ ਨਾ, ਵੱਖ ਵੱਖ ਤਰ੍ਹਾਂ ਦੇ ਪੇਂਟਿੰਗਸ ਹੁੰਦੀਆਂ ਨੇ, ਇਹ ਥੋੜੇ ਪੇਂਟ ਦੇ ਤਰੀਕੇ ਵੀ ਦੱਸੋ ਕਿ ਕਿਹੜੇ ਕਿਹੜੇ ਸੂਟਸ ਤੇ ਕਿਹੜੇ ਕਿਸ ਕਿਸ ਤਰ੍ਹਾਂ ਦੇ ਪੇਂਟਸ ਹੁੰਦੇ? ਮੈਮ ਕਾਟਨ ਸੂਟਸ ਤੇ ਜ਼ਿਆਦਾ ਪੇਂਟ ਲੋਕ ਪਸੰਦ ਕਰਦੇ ਆ, ਬਟ ਜਿਹੜਾ ਪਾਰਟੀ ਵੇਅਰ ਸੂਟਸ, ਅੱਜ ਕੱਲ੍ਹ ਪਾਰਟੀ ਵੇਅਰ ਸੂਟਸ ਵੀ ਲੋਕ ਹੈਂਡ ਪੇਂਟ ਤੇ ਪਸੰਦ ਕਰਦੇ ਆ, ਇਸ ਕਰਕੇ ਅਸੀਂ ਆਰਗੈਂਜ਼ਾ ਫੈਬਰਿਕ ਯੂਜ਼ ਕਰਦੇ ਹਾਂ, ਕਰੇਪ ਯੂਜ਼ ਕਰਦੇ ਹਾਂ, ਜਾਰਜਟ ਯੂਜ਼ ਕਰਦੇ ਹਾਂ, ਸਿਲਕ ਵੀ ਯੂਜ਼ ਕਰਦੇ ਹਾਂ। ਹਰ ਇੱਕ ਅਲੱਗ ਅਲੱਗ ਪੇਂਟ ਅਲੱਗ ਅਲੱਗ ਕੱਪੜੇ ਤੇ ਹੁੰਦਾ ਹੈ, ਅਲੱਗ ਅਲੱਗ ਫੈਬਰਿਕ ਤੇ ਹੁੰਦਾ ਹੈ। ਠੀਕ ਹੈ। ਹਾਂਜੀ। ਤੇ ਜਿਵੇਂ ਕਿ ਫੈਬਰਿਕ ਦੇਖਣਾ ਪੈਂਦਾ, ਫਿਰ ਉਸ ਤੋਂ ਬਾਅਦ ਹੀ ਪੇਂਟਿੰਗ ਹੁੰਦੀ ਹੈ? ਕਈ ਵਾਰ ਫੈਬਰਿਕ ਸਾਨੂੰ ਵਾਈਟ ਲੈ ਕੇ ਵੀ ਮੈਮ ਡਾਈ ਕਰਵਾਉਣਾ ਪੈਂਦਾ ਆ। ਅੱਛਾ ਜੀ। ਅਕੋਰਡਿੰਗ ਟੂ ਕਸਟਮਰ ਸਟੇਸ ਨਾ, ਅਸੀਂ ਕੱਪੜਾ ਲੈ ਕੇ ਡਾਈ ਕਰਵਾਉਂਦੇ ਆ ਤੇ ਅਲੱਗ ਤੋਂ ਦੁਪੱਟਾ ਡਾਈ ਹੁੰਦਾ ਆ ਤੇ ਫਿਰ ਉਹਦੇ ਉੱਤੇ ਪੇਂਟ ਹੁੰਦਾ। ਜਿਹੜਾ ਬਲੌਕ ਪੇਂਟਿੰਗ ਦੀ ਗੱਲ ਕਰ ਰਹੇ ਹੋ ਤੁਸੀਂ, ਇਹ ਕਿੰਨਾ ਕੁ ਮਤਲਬ ਮਿਹਨਤ ਦਾ ਕੰਮ ਹੈਗਾ, ਕਿਉਂਕਿ ਬਲੌਕ ਪੇਂਟਿੰਗ ਦੇ ਵਿੱਚ ਕੁਝ ਦੇਖਣਾ ਪੈਂਦਾ? ਹਾਂਜੀ, ਬਲੌਕ ਦੇ ਵਿੱਚ ਜਿਹੜਾ ਸੀ ਉਹਦੇ ਵਿੱਚ ਕਲਰ ਯੂਜ਼ ਕਰਦੇ ਆ ਮੈਮ, ਉਹਨੂੰ ਬਿਲਡ ਕਰਨ ਵਾਸਤੇ ਕਾਫੀ ਟਾਈਮ ਲੱਗਦਾ ਆ। ਅੱਛਾ। ਉਹਨੂੰ ਕਰਨ ਲਈ ਟਾਈਮ ਨਹੀਂ ਲੱਗਦਾ, ਬਟ ਜਿਹੜਾ ਸੀ ਉਹਨੂੰ ਕਲਰ ਬਣਾਉਂਦੇ ਆ ਉਹਨੂੰ ਟਾਈਮ ਲੱਗਦਾ। ਠੀਕ ਹੈ, ਠੀਕ ਹੈ। ਉਹਦੇ 'ਚ ਬਹੁਤ ਮਿਹਨਤ ਆ। ਠੀਕ ਹੈ। ਹੁਣ ਦੇਖੋ ਤੁਸੀਂ ਦੁਪੱਟੇ ਵੀ ਕਲਰ ਕੀਤੇ ਹੋਏ ਨੇ, ਹੈਨਾ? ਇਹ ਮਤਲਬ ਮੈਚ ਕਰਨਾ ਹੀ ਪੈਂਦਾ ਕਿ ਦੁਪੱਟਾ ਆਮ ਵੀ ਲੈ ਸਕਦੇ ਆ ਆਪਾਂ? ਮੈਮ ਆਮ ਵੀ ਲੈ ਸਕਦੇ ਆ, ਅਗਰ ਆਪਾਂ ਇਹਨੂੰ ਡਿਜ਼ਾਈਨਰ ਬਣਾਉਣਾ ਤਾਂ ਆਪਾਂ ਕੰਟਰਾਸਟ ਵੀ ਯੂਜ਼ ਕਰਦੇ ਆ। ਅੱਛਾ। ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਅਸੀਂ ਲੋਕਾਂ ਨੂੰ ਡਿਜ਼ਾਈਨਰ ਸੂਟ ਪ੍ਰੋਵਾਈਡ ਕਰੀਏ, ਇਸ ਕਰਕੇ ਤੁਸੀਂ ਦੇਖੋਗੇ ਵੀ ਹਰ ਸੂਟ ਦੇ ਨਾਲ ਡਿਫਰੈਂਟ ਦੁਪੱਟਾ ਆ। ਹਾਂ। ਜੇ ਡਾਰਕ ਸ਼ੇਡ ਆ ਤਾਂ ਉਹਦੇ ਨਾਲ ਲਾਈਟ ਦੁਪੱਟਾ ਆ, ਜਾਂ ਡਾਰਕ ਲਾਈਟ ਸੂਟ ਆ ਤਾਂ ਉਹਦੇ ਨਾਲ ਡਾਰਕ ਦੁਪੱਟਾ ਆ। ਹੁਣ ਇਹ ਜਿਹੜੇ ਪ੍ਰਿੰਟਿੰਗ ਤੁਸੀਂ ਕੀਤੀ ਹੋਈ ਆ, ਹਾਂਜੀ, ਜੇ ਤੁਹਾਡੇ ਤੋਂ ਕੋਈ ਪਰਸਨਲ ਵੀ ਕਰਵਾਉਣਾ ਚਾਹੇ? ਹਾਂਜੀ, ਮੈਂ ਕਸਟਮਾਈਜ਼ ਕਰਦੇ ਆ। ਠੀਕ ਹੈ। ਅਕੋਰਡਿੰਗ ਟੂ ਕਸਟਮਰ ਟੇਸਟ ਅਸੀਂ ਕਸਟਮਾਈਜ਼ ਕਰਦੇ ਆ। ਅਗਰ ਉਹਦਾ ਕੋਈ ਪਰਸਨਲ ਡਿਜ਼ਾਈਨ ਆ, ਖੁਦ ਕਰਵਾਉਣਾ ਚਾਹੁੰਦੇ ਆ, ਅਕੋਰਡਿੰਗ ਟੂ ਉਹਨਾਂ ਦਾ ਫੈਬਰਿਕ ਤੇ ਅਸੀਂ ਕਰਦੇ ਆ। ਇੱਕ ਬਹੁਤ ਚੰਗੀ ਗੱਲ ਇਹ ਲੱਗੀ ਕਿ ਤੁਸੀਂ ਆਪਣੇ ਪੱਧਰ ਤੇ ਆਪ ਕੰਮ ਕਰ ਰਹੇ ਹੋ, ਤੁਸੀਂ ਇਕੱਲੇ ਹੀ ਲੱਗੇ ਹੋਏ ਹੋ, ਹੈ ਨਾ? ਹਾਂਜੀ। ਤੇ ਪਰਿਵਾਰ ਦਾ ਕਿੰਨਾ ਸਹਿਯੋਗ ਹੈ? ਬਹੁਤ ਸਪੋਰਟ ਹੈ, ਬਹੁਤ ਸਪੋਰਟ ਹੈ। ਹਸਬੈਂਡ ਦਾ ਬਹੁਤ ਸਪੋਰਟ ਹੈ, ਮੇਰੇ ਬੱਚੇ ਆ ਦੋ, ਮੇਰੀ ਦੋ ਬੇਟੀਆਂ ਆ। ਉਹਨਾਂ ਨੂੰ ਵੀ ਟਾਈਮ ਦੇਣਾ ਪੈਂਦਾ, ਬਟ ਕੰਮ ਨੂੰ ਵੀ ਟਾਈਮ ਦਿੱਤਾ। ਜਿਦਾਂ ਹੁਣ ਕਹਿੰਦਾ ਨਾ ਕਿ ਜੇ ਆਪਣਾ ਕੰਮ ਕਰਨ ਲੱਗ ਜਾ ਫਿਰ ਰੋਟੀ ਪਾਣੀ ਛੁੱਟ ਜਾਂਦਾ। ਨਹੀਂ ਨਹੀਂ, ਸਭ ਕੁਝ ਹੁੰਦਾ ਹੈ, ਸਭ ਕੁਝ ਹੁੰਦਾ ਹੈ। ਦੇਖੋ ਬੱਚੇ ਪਾਲਨੇ ਆ, ਬੱਚਿਆਂ ਲਈ ਤਾਂ ਰੋਟੀ ਦੇਣੀ ਪੈਣੀ ਆ, ਹਸਬੈਂਡ ਨੂੰ ਤਾਂ ਪੁੱਛਣਾ ਹੀ ਪੈਣਾ ਨਾ। ਹਾਂ, ਚੱਲ ਇਦਾਂ ਕੰਮ ਨਹੀਂ ਚੱਲਦਾ ਹੁੰਦਾ, ਕਿਉਂਕਿ ਸਾਰਾ ਕੁਝ ਨਾਲ ਦੀ ਨਾਲ। ਹਾਂਜੀ। ਅੱਛਾ, ਇਹ ਲਾਜ਼ ਵੀ ਸਪੋਰਟ ਕਰਦੇ? ਹਾਂਜੀ, ਬਹੁਤ ਸਪੋਰਟ। ਹਾਂ, ਚਲੋ ਬਹੁਤ ਬਹੁਤ ਸ਼ੁਭਕਾਮਨਾਵਾਂ, ਤੁਸੀਂ ਜੋ ਕੰਮ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ। ਔਰ ਮੈਨੂੰ ਲੱਗਦਾ ਕਿ ਹਰ ਲੇਡੀਜ਼ ਨੂੰ, ਹਰ ਲੜਕੀ ਨੂੰ ਇੰਨਾ ਸਮਰਥ ਹੋਣਾ ਚਾਹੀਦਾ ਕਿ ਉਹ ਆਪਣੇ ਪੈਰਾਂ ਤੇ ਖੜੀ ਹੋ ਸਕੇ। ਬਿਲਕੁਲ ਮੈਮ, ਹਰ ਲੜਕੀ ਨੂੰ ਮੈਂ ਤਾਂ ਇਹੀ ਕਹਿੰਦੀ ਹਾਂ, ਸੈਲਫ ਡਿਪੈਂਡੈਂਟ ਹੋਣਾ ਚਾਹੀਦਾ। ਮੇਰੀ ਖੁਦ ਦੀਆਂ ਦੋ ਬੇਟੀਆਂ ਆ, ਮੈਂ ਤਾਂ ਇਹ ਚਾਹੂੰਗੀ ਕਿ ਮੈਂ ਉਹਨਾਂ ਨੂੰ ਆਪਣੇ ਆਪ ਤੇ, ਹਨਾ, ਆਪਣੇ ਪੈਰਾਂ ਤੇ ਸਟੈਂਡ ਕਰਕੇ ਹੀ ਮੈਰਿਜ ਬਾਰੇ ਸੋਚਾਂ। ਹੁਣ ਦੇਖਦੇ ਨੇ ਕਈ ਔਰਤਾਂ ਵਿਆਹ ਤੋਂ ਬਾਅਦ ਟਿੱਕੇ ਬਹਿ ਜਾਂਦੀਆਂ ਕਿ ਹੁਣ ਕੁਝ ਨਹੀਂ, ਹੁਣ ਕੀ ਹੈ, ਉਮਰ ਨਾਲ ਵਿਆਹ ਹੋਵੇ। ਮੈਂਟੈਲਿਟੀ ਹੁੰਦੀ ਹੈ ਹਰ ਇੱਕ ਦੀ ਆਪਣੀ, ਬੈਠਣ ਨੂੰ ਤਾਂ ਬੈਠ ਤਾਂ ਅਸੀਂ ਵੀ ਸਕਦੇ ਆ, ਹਨਾ, ਬਟ ਇਦਾਂ ਹੁੰਦਾ ਵੀ ਬੈਠ ਕੇ ਕਈ ਵਾਰ ਨਹੀਂ ਸਕਦਾ। ਫਾਈਨੈਂਸ਼ੀਅਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਮੈਮ। ਲੇਡੀਜ਼ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ, ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਸੈਲਫ ਡਿਪੈਂਡੈਂਟ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ ਸਾਨੂੰ। ਦੇਖੋ ਜੀ, ਜਦੋਂ ਔਰਤ ਫਾਈਨੈਂਸ਼ੀਅਲੀ ਸਟਰੋਂਗ ਹੋ ਜਾਂਦੀ ਹੈ ਨਾ, ਤਾਂ ਬਹੁਤ ਸਾਰੀਆਂ ਹੋਰ ਦਿੱਕਤਾਂ ਘਰ ਦੀਆਂ ਖਤਮ ਹੋ ਜਾਂਦੀਆਂ, ਖੁਦ ਸੈਲਫ ਰਿਸਪੈਕਟ ਵੀ ਬਣਦੀ ਹੈ। ਸੋ ਇਸ ਇਹਨਾਂ ਦੇ ਨਾਲ ਮਿਲ ਕੇ ਸਾਨੂੰ ਬਹੁਤ ਚੰਗਾ ਲੱਗਿਆ, ਕਿਉਂਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਖੁਦ ਫਾਈਨੈਂਸ਼ੀਅਲੀ ਸਟਰੋਂਗ ਨੇ ਤਾਂ ਬਹੁਤ ਕੁਛ ਕਰ ਰਹੇ ਨੇ। ਬਹੁਤ ਸਾਰੀਆਂ ਅਜਿਹੀਆਂ ਔਰਤਾਂ ਵੀ ਇੱਥੇ ਨੇ, ਤੁਹਾਨੂੰ ਰੂਬਰੂ ਕਰਵਾਵਾਂਗੇ ਸਿਰਲੇਖ ਦੇ ਨਾਲ, ਤੁਸੀਂ ਜੁੜੇ ਰਹਿਣਾ।